ਇਤੇ ਚੱਲਣ ਹੁੰਦਿਆਂ ਗੁਰਬਿਨ ਕੋਰ ਅੰਦਰ ਗਿਆ ਵਸਤੇ ਨਾ ਫਿਰ ਹੱਥੇ ਆਮਦਾ ਈ ਛੁੱਟਾ ਕਮਾਨ ਵਿੱਚੋਂ ਨਾ ਮੁੜਦਾ ਤੀਰ ਵੀ ਹੈ ਮੁਰਸ਼ਿਦ ਬਾਜਰਾ ਦਿਸਦਾ ਰਾਹ ਕੋਈ ਤੇ ਦੁੱਧਾ ਬਾਜਰਾ ਦੀ ਖੀਰ ਮੇ ਹੈ ਅੰਤਿਲ ਬਾਦ ਵਧੀਆ ਨੌਜਵਾਨ ਅਮਿਤ ਖੇਡ ਕਬੱਡੀ ਦਾ ਬਿਹਤਰੀਨ ਪ੍ਰਦਰਸ਼ਨ ਕਰਦਾ ਹੋਇਆ ਸ਼ਾਮ 84 ਵਾਲਾ ਫੌਜੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਧੱਕੜ ਧਾਵੀਆਂ ਦੇ ਤੌਰ ਤੇ ਜਾਣਿਆ ਜਾਂਦਾ ਇਹ ਨੌਜਵਾਨ ਕਿ ਗੱਗੀ ਤੇ ਸੰਦੀਪ ਲਿਖਰ ਸ਼ਾਮ 84 ਵਾਲਾ ਫੌਜੀ ਇੱਕ ਵਿੱਚ ਅੰਨਾ ਯੋਰ ਰੱਖਦੇ ਅੰਨੇ ਯੋਰ ਦਾ ਮਾਲਕ ਹੈ ਬੱਲੇ ਪੰਜਾਬ ਦੇ ਪਰਮਜੀਤ ਸਿੰਘ ਜੀ ਬਾਗੜੀਆ ਸਾਹਿਬ ਕਿਹੜੇ ਅੰਦਾਜ਼ ਨਾਲ ਗੱਲ ਕਰਨਗੇ ਆਪਣੀ ਕਲਮ ਤੇ ਸਰੇੜ ਦੀ ਲਓ ਇਧਰੇ ਪਾਸੇ ਮੈਦਾਨ ਵਿੱਚ ਹੁੰਦੀ ਹੋਈ ਬਹਿ ਜਾ ਗੱਲ ਕੀ ਬਣਦੀ ਇਧਰੇ ਪਾਸੇ ਵੀ ਮਾਰਦੇ ਧਾੜੀਆਂ ਜ਼ੋਰਦਾਰ ਬਹੁਤ ਵਧੀਆ ਆਹ ਹੈ ਬਿੱਟੂ ਪੁਰ ਹੀਰਾਂ ਵਾਲਾ ਲਾ ਜਫਾ ਪੁਆਇੰਟ ਬਾਬਾ ਭਾਈ ਸਾਧੂ ਕਬੱਡੀ ਅਕੈਡਮੀ ਗੁਰਪਾ ਦੇ ਵਾਸਤੇ ਨੰਬਰ ਜੋੜਦਾ ਹੋਇਆ ਪਤਾਰੇ ਵਾਲਾ ਪਿੰਨੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੜਾ ਤੇਜ਼ ਤਰਾਰ ਖਿਡਾਰੀ ਹੈ ਸਿਰ ਨੂੰ ਸਵਾ ਸਿਰ ਟੱਕਰ ਦਾ ਮੈਦਾਨ ਦੇ ਵਿੱਚ ਬਣ ਕੇ ਸੋਖਾ ਬਿੱਲੀ ਭੁੱਲਰ ਦਾ ਫੜਿਆ ਗੁੱਟ ਵੱਜ ਗਈ ਕੈਂਚੀ ਹੰਡੇ ਦੂਰ ਨੇ ਆਹ ਨੰਬਰ ਦੇ ਵਾਸਤੇ ਵੀ ਤਾੜੀਆਂ ਵੱਜਣਗੀਆਂ ਜ਼ੋਰਦਾਰ ਵੀ ਮਾਰ ਦਿਓ ਇੱਕ ਵਾਰੀ ਤਾੜੀਆਂ ਫਿਰ ਇਸ ਮੁਕਾਬਲੇ ਦੇ ਵਾਸਤੇ ਇਹ ਸੈਕਿੰਡ ਸੈਮੀ ਫਾਈਨਲ ਹੈ ਲੜਕੀਆਂ ਦੀਆਂ ਟੀਮਾਂ ਤਿਆਰ ਹੋ ਜਾਣ ਇਸ ਮੈਚ ਤੋਂ ਬਾਅਦ ਲੜਕੀਆਂ ਦੇ ਟੀਮਾਂ ਦੇ ਦਰਮਿਆਨ ਮੁਕਾਬਲਾ ਖੇਡਿਆ ਜਾ ਚੁੱਕਾ ਲਓ ਗੁਰਪ੍ਰੀਤ ਸਿੰਘ ਬੁਰਜ ਹਰੀ ਵਾਲਾ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਖਿਡਾਰੀ ਵੱਖਰੇ ਅੰਦਾਜ਼ ਦੀ ਖੇਡ ਹੈ ਵੱਖਰਾ ਜਿਹਾ ਸਟਾਈਲ ਇਹਨਾਂ ਨੌਜਵਾਨਾਂ ਦਾ ਇਸ ਮੈਦਾਨ ਦੇ ਅੰਦਰ ਖੇਡਣ ਦਾ ਗੁਰਪ੍ਰੀਤ ਸਰ ਕਾਮਰੇਡ ਮਹਾ ਸਿੰਘ ਰੌੜੀ ਸ੍ਰੀ ਪ੍ਰੇਮ ਰੱਕੜ ਜੀ ਹੁਣੇ ਸਾਡੇ ਦਰਮਿਆਨ ਸ੍ਰੀ ਬਿਮਲ ਜੀ ਪਹੁੰਚੇ ਨੇ ਉਹਨਾਂ ਨੂੰ ਸਾਡੇ ਵੱਲੋਂ ਜੀ ਆਇਆਂ ਨੂੰ ਨਿੱਘਾ ਸਵਾਗਤ ਸਾਰੀਆਂ ਸ਼ਖਸੀਅਤਾਂ ਦਾ ਸਵਾਗਤ ਮੁੱਖ ਮੰਚ ਤੇ ਸਾਡੇ ਸਕੱਤਰ ਸਾਹਿਬ ਸਵਾਗਤ ਕਰਦੇ ਹੋਏ ਵੱਡੀ ਮਜਬੂਰੀ ਲਓ ਸਾਰਿਆਂ ਨੂੰ ਜੀ ਆਇਆਂ ਨੂੰ ਇਧਰ ਅਵਤਾਰ ਬਾਜਵੇ ਦੀ ਪਈ ਹੋਈ ਕਬੱਡੀ ਦਸੂਏ ਵਾਲੇ ਦੀ ਹੁਸ਼ਿਆਰਪੁਰੀਆਂ ਦੀ ਪਈ ਹੋਈ ਕਬੱਡੀ ਮਾਨਗੜ ਦਾ ਤੋਖੀ ਔਰ ਕਦੇ ਮਾਲਾ ਜੱਟਾਂ ਦਾ ਤੋਖੀ ਐਡਮ ਤੇ ਟਾਈਗਰ ਦੀ ਗੱਲ ਹੋਈ ਇਧਰ ਦੇਖ ਰਹੇ ਵੀ ਮੈਦਾਨ ਦੇ ਵਿੱਚ ਸੋਖਾ ਬਿੱਲੀ ਭੁੱਲਰ ਵਾਲਾ ਡੱਕਣ ਦੀ ਕੋਸ਼ਿਸ਼ ਕਰਦਾ ਰਹਾ ਉਹਦੇ ਵਿੱਚ ਬਹੁਤ ਵਧੀਆ ਪੁਆਇੰਟ ਸੋਖਾ ਬਿੱਲੀ ਭੁੱਲਰ ਦਾ ਟੱਲੀਆਂ ਦੀ ਟੰਟਣ ਵਰਗੇ ਘੁੰਗਰੂ ਦੀ ਛਣਛਣ ਵਰਗੇ ਸਰਗੀ ਪ੍ਰਭਾਤ ਵਰਗੇ ਪੁੰਨਿਆਂ ਦੀ ਰਾਤ ਵਰਗੇ ਸ਼ੇਰਾਂ ਦੀਆਂ ਗਰਜਾਂ ਵਰਗੇ ਪੂਰੇ ਹੋਏ ਫਰਜਾਂ ਵਰਗੇ ਫੌੜੇ ਦੀਆਂ ਵਾਰਾਂ ਵਰਗੇ ਛਵੀਆਂ ਦੀਆਂ ਧਾਰਾਂ ਵਰਗੇ ਚਾਨਣ ਮਨਾਰੇ ਗੱਭਰੂ ਅੱਖੀਆਂ ਦੇ ਤਾਰੇ ਗੱਭਰੂ ਚਾਵਾਂ ਮਲਾਰਾਂ ਦੇ ਨਾਲ ਮਾਪਿਆਂ ਦੇ ਪਾਲੇ ਗੱਭਰੂ ਚੱਲ ਬਿਣ ਗੁਣ ਵੇਖਣ ਚੱਲੀਏ ਕਿੰਜ ਬਣਦੇ ਨਜ਼ਾਰੇ ਗੱਭਰੂ ਚੱਲ ਬਿਣ ਗੁਣ ਵੇਖਣ ਚੱਲੀਏ ਕਿਵੇਂ ਬਣਦੇ ਨਜ਼ਾਰੇ ਗੱਭਰੂ ਲਓ ਨਜ਼ਾਰੇ ਪੇਸ਼ ਕਰਦੇ ਹੋਏ ਬਲਾਚੌਰ ਦੇ ਇਸ ਕਬੱਡੀ ਕੱਪ ਦੇ ਵਿੱਚ ਆਸਟ੍ਰੇਲੀਆ ਕਬੱਡੀ ਕੱਪ ਆਸਟ੍ਰੇਲੀਆ ਤੋਂ ਪੁੱਜੇ ਹੋਏ ਸਾਰੇ ਨੌਜਵਾਨ ਸਾਥੀਆਂ ਦਾ ਵੀ ਧੰਨਵਾਦ ਹੈ ਖੇਲਾ ਬ੍ਰਦਰਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਵੱਡੇ ਬਿਜ਼ਨਸ ਨੇ ਮਾਲਕ ਦੀ ਵੱਡੀ ਕਿਰਪਾ ਹੈ ਔਰ ਵੱਡਾ ਜਿਗਰਾ ਹੈ ਖੇਡ ਕਬੱਡੀ ਦੇ ਵਾਸਤੇ ਵੱਡਾ ਪੈਸਾ ਲਾਉਂਦੇ ਇਹ ਸਾਡੇ ਵੀਰ ਵੱਡੇ ਬਜਟ ਦਾ ਕਬੱਡੀ ਕੱਪ ਲਓ ਵੱਡੀ ਰੇਡ ਵੱਡਾ ਜਾਸੀ ਹੈ ਵੱਡਾ ਨੰਬਰ ਕਿੱਧਰੋਂ ਪਾਸੇ ਜਾਵੇਗਾ ਰਿਸ਼ਪਾਲ ਤਲਵੰਡੀ ਸਲੇਮ ਦਾ ਡੱਕਣ ਦੀ ਕੋਸ਼ਿਸ਼ ਕਰਦਾ ਗੱਲੇ ਦੀ ਪਈ ਹੋਈ ਕਬੱਡੀ ਦੀ ਗੱਲ ਕੀ ਬਣਦੀ ਇੱਕ ਯੋਰ ਖੰਡ ਵਾਲੀਆ ਜਿੰਦਰ ਇਸ਼ਾਰਾ ਕਰਦਾ ਹੋਇਆ ਕਿ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਪੁਰ ਦੀ ਟੀਮ ਦੇ ਵਾਸਤੇ ਬਿਹਤਰੀਨ ਨੰਬਰ ਜੁੜਦਾ ਹੋਇਆ ਚੱਲ ਵੀ ਗੁਰਪ੍ਰੀਤ ਸਿੰਘ ਗੁੰਡਿਆ ਗੁਰਲਾਲ ਪਿਆ ਪੂਰਾ ਤੇਜ਼ ਭੱਜਣ ਨੂੰ ਕਹਿੰਦਾ ਪੱਪੂ ਭਗਵੰਤ ਬਵਾਣੀ ਦਾ ਲੋਕੀ ਕਹਿਣ ਰੋਪੜੀਏ ਜਿੰਦਾ ਸੁੱਖਾ ਭੀਰਾ ਪੈ ਜਾਂਦੇ ਜਿਵੇਂ ਝਪਟ ਮਾਰਦਾ ਚੀਤਾ ਲੋਕੋ ਫੜਨੇ ਸੌਖੇ ਨਹੀਂ ਦੁੱਲਾ ਲੱਖਾਂ ਤੇ ਕੁਲ ਜੀਤਾ ਪਰ ਆਹ ਨੌਜਵਾਨ ਗੁਰਪ੍ਰੀਤ ਵੀ ਫੜਨਾ ਸੌਖਾ ਨਹੀਂ ਜਦੋਂ ਟਾਂਟੇ ਦੇ ਕੰਮ ਦੇ ਤਿਆਰ ਸਿਰਜਿਆ ਇਸ ਖਿਡਾਰੀ ਨੇ ਹੁੰਦੀ ਬਹਿਜਾ ਬਹਿਜਾ ਲਓ ਮਿੱਠੂ ਕਮਾਲ ਕਰਦਾ ਹੋਇਆ ਚੱਕ ਦੇਸਰਾਜ ਪਿੰਡ ਹੈ ਇਸ ਖਿਡਾਰੀ ਦਾ ਇਹ ਹੈ ਨੌਜਵਾਨ ਮਿੱਠੂ ਜੌਲਾਂ ਦੇ ਤੀਰਥ ਦੀ ਬੱਲੇ ਬੱਲੇ ਭਰੋ ਮਜਾਰੀਏ ਗੋਪੀ ਦੀ ਬੱਲੇ ਬੱਲੇ ਚੱਕ ਦੇਸਰਾਜ ਦੇ ਮਿੱਠੂ ਦੀ ਬੱਲੇ ਬੱਲੇ ਰੱਖਣਾ ਢਾਂ ਦੇ ਨੌਜਵਾਨ ਬਹੁਤ ਵਧੀਆ ਖੇਡਦੇ ਜਿੰਦਰ ਵਰਗੇ ਤੇ ਕਦੇ ਗੱਲ ਕਰਦਾ ਆਪਣੀ ਕਲਮ ਤੋਂ ਨੌਜਵਾਨ ਬੰਟੀ ਰੱਕੜਾਂ ਵਾਲਾ ਕਿ ਬੰਟੀ ਪੰਜਿਆਂ ਤੇ ਹੀ ਰਹਿੰਦੇ ਨਾ ਥੱਲੇ ਲਾਉਂਦੇ ਅੱਡੀ ਨੂੰ ਮਾਂ ਸਮਝ ਕੇ ਖੇਡਦੇ ਜਿਹੜੇ ਖੇਡ ਕਬੱਡੀ ਨੂੰ ਮਾਂ ਸਮਝ ਕੇ ਖੇਡਦੇ ਜਿਹੜੇ ਖੇਡ ਕਬੱਡੀ ਨੂੰ ਮਨੀ ਨੌਜਵਾਨ ਵਾਹ ਮਨੀ ਹਲਕੇ ਹਲਕੇ ਹਾਸੇ ਹੱਸਦਾ ਹੈ ਚਿਹਰੇ ਤੇ ਮੁਸਕਾਨ ਹੈ ਮੁਸਕਾਨ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਲਓ ਰੇਡ ਪਾਉਣ ਦੇ ਵਾਸਤੇ ਸ਼ਾਮ 84 ਵਾਲਾ ਫੌਜੀ ਫੌਜੀ ਹੁਸ਼ਿਆਰਪੁਰੀ ਹੈ ਹੁਸ਼ਿਆਰੀ ਦੇ ਨਾਲ ਪਈ ਹੋਈ ਕਬੱਡੀ ਤੇ ਕੌਣ ਲਾਊ ਜਾਂ ਫਾਇਦਰੇ ਪਾਸੇ ਇਸ ਮੈਚ ਤੋਂ ਬਾਅਦ ਲੜਕੀਆਂ ਦੀ ਟੀਮਾਂ ਤਿਆਰ ਹੋ ਜਾਣ ਲਓ ਜੱਗਾ ਦਾ ਜੋਰ ਕੁਛ ਇੱਕ ਪਾਸੇ ਫੌਜੀ ਦੂਸਰੇ ਪਾਸੇ ਜੱਗਾ ਹੋ ਗਈ ਬੱਲੇ ਬੱਲੇ ਅਡੇਰੀ ਸੈਂ ਹੰਨੇ ਦੇ ਲਾਗੇ ਚੱਲਦਾ ਮੁਕਾਬਲਾ ਤੇ ਮੇਲਾ ਗੂੰਜ ਉੱਠਿਆ ਮੇਲਾ ਗੂੰਜ ਉੱਠਿਆ ਵਾਹ ਉਹ ਜੱਗਿਆ ਕਿ ਤੇਰਾ ਇੱਕੋ ਹੀ ਲੱਖ ਵਰਗਾ ਬਾਕੀ ਸਾਂਭ ਕੇ ਜੇਬ ਵਿੱਚ ਪਾ ਲੈ ਬਹੁਤ ਵਧੀਆ ਕਮਾਲ ਦਾ ਜੱਫਾ ਲੱਗਦਾ ਹੋਇਆ ਸੋ ਜੱਗਾ
सोडी सुंगड़े उन्होंने वालों 1000 रुपया जगह के वास्ते मान सम्मान, बलवीर सिंह गिल उन्होंने वालों 500 रुपया जगह के वास्ते। हां हरिपुर आदमपुर के लागे दिलावर महान कबड्डी गोल्डी उन्हों का पिंड है जग्गा हरिपुरी है, आदमपुर महान प्रमोटर का एरिया है, उधर बिट्टू भोले वाली है वड्डी जिम्मेवारी। संदीप लुटर की कबड्डी पैंदी है वखरा जिहा अंदाज बड़क बड़क जी चाल इस राजवान की शेरां वर्गी के गभरू कहिंदे दलेर अत दा सो हौसले दे नाल पाउंदा है कबड्डी हिक विच जोर जिवें फार्म ट्रैक 60 दा वखरा नजारा संदीप लुटर की खेडदा हैप्पी कड्याणा कल्ला कल्ला जट दा रिकॉर्ड दसदा कल्ला कल्ला जट दा रिकॉर्ड दसदा रिकॉर्ड पैदा करन वाला खिडारी पिनी पतारे वाला फिर कबड्डी पाने के वास्ते मैदान में वधिया खिडारी है केड़ा लाऊ जफा जलालपुरी है या केड़े पासे तलवंडी सलेम वाला है एक नौजवान आलू वाली दिशा है ते नाल सोखा बिल्ली पोलर दा पतारे वाला पिनी चिड़दी जी रेस दे विच टॉप दा खिडारी बन गया। पानी भी जी पुजदा करदे जी ग्राउंड दे विच पानी हर समाज समझदा जी आए नू निघा स्वागत महान सिंह रौड़ी जी चौधरी बिमल कुमार प्रेम रक्कड़ जी संदीप सोनू भाटिया जी इतने पहुंचने जी आए नूं निघा स्वागत। तो मैं बेनती करांगा खेला परिवार नूं बाबा भाई साधु कबड्डी अकैडमी के 13 नंबर ने बाबा सुखचैन दास कबड्डी क्लब शाहपुर के 19 नंबर ने करांगा बिक्की उदनेवाल तेलू ठेकेदार लोधर दिया तीन कबड्डिया 1000 रुपया जो है सोनी ठेकेदार से बिक्की उदनेवाल साडे वीर मान सम्मान लोधर दिया तीन कबड्डिया 1000 रुपए का होगा। बहुत बहुत धन्यवाद सर सहयोगियों का सजावलपुर निवासी पीटीआई मास्टर मूला सिंह खेला परिवार से खेला ब्रदर सम्मान करे खेला परिवार वालों सम्मान किया जा रहा खेला परिवार वालों उन्होंने सम्मान। मैं बेनती हूं कर आदिओ सर महान सिंह रौड़ी सरदार महान सिंह जी रौड़ी उन्होंने सम्मान करेंगे खेला परिवार चौधरी बिमल कुमार प्रेम रक्कड़ जी संदीप सोनू भाटिया मनी थोपिया पिंड का बला चौर का कहता भी मेरा यही एरिया है ला भी मनी अज मेला लुटने वाली गल करनी साल भर गल हो नौजवान है पर उधर दिशा करता कुछ एक पास स्टार बल्ले 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 करता है मनी थोपिया पिंड वाला नौजवान पढ़ लेके वापस जाता हुआ अपनी टीम के वास्ते। एक दूसरी बेनती पुलिस प्रशासन अगे के साडे जज साहबान जिले तो विशेष तौर पर शिरकत कर रहे हैं उन्होंने स्टेज एक राखवी की गई है स्टेज राखवी है जज साहबान जिले तो पहुंच रहे हैं पुलिस प्रशासन अगे बेनती है कि बिल्कुल ही रिजर्व लगता लोगों के मन लगे पूजे योध्या कोई नाम नहीं लेता भजे बलवीर गिल उन्होंने वालों 500 रुपया बिट्टू पुर हीरां दे वास्ते मान सोनू भाटिया संदीप बलवीर सिंह जी उन्होंने वालों 500 रुपया जो मेन स्पॉन्सर भी ने बाबा भाई साधु कबड्डी अकैडमी रुड़का दे उन्होंने वालों 500 रुपया बिट्टू दे वास्ते लड़शवाल तलवंडी सलेम वाला फिर करता कुछ अवतार बाजवा एक होर नंबर जोड़ता था अपनी टीम के वास्ते। तहसीलदार साहब बलाचौर विशेष तौर पर साडे दे नाल पहुंचे ने जी आए नूं निघा स्वागत। लुधर दियां तीन कबड्डियां ते हजार विक्की उदनेवाल तेलू ठेकेदार ते सुलखण सोनी वालों 1000 2000 दी कबड्डी पै गई पंजाबी वीरियो 2000 होवेगा 1000 रुपया सुलखण सोनी ते नाल सिर्फ विक्की जी उहनां वालों मान सम्मान ना कौन देखदा मैं लाऊ जाफा पहली रेड पै गई मैदान दे तीन कबड्डियां ते होवेगा 2000 रुपया ना पहली रेड ते हुंदा है कमाल देने भी सै संदीप लुधर दिड़बे वाला
ਖੇਡੜਬਾ ਰੂੜੀ ਸੱਜਣਾ ਦੇ ਉੱਪਰ ਫੁੱਲ ਸੱਜਣਾ ਦਾ ਖਿੜਦਾ ਹੈ ਗੁਰਦਾਸ ਮਾਨ ਜੀ ਨੇ ਆਪਣੇ ਗੀਤ ਦੇ ਵਿੱਚ ਵੀ ਗੱਲ ਕੀਤੀ ਸੀਗੀ ਅੱਜ ਵੀ ਕੀਤੀ ਜਾਵੇਗੀ ਬਲਾਚੌਰ ਦੇ ਵਿੱਚ ਲਓ ਇਧਰ ਮੈਦਾਨ ਦੇ ਵਿੱਚ ਅਮਿਤੀ ਪਈ ਹੋਈ ਕਬੱਡੀ ਦੇ ਕੌਣ ਨੌਜਵਾਨ ਲਓ ਲੋਕੀ ਖੜਖੜ ਵੇਖਣ ਗੱਭਰੂ ਖੇਡਣ ਜਦੋਂ ਕਬੱਡੀ ਖੜਖੜ ਕੇ ਦੁਨੀਆ ਆਨੰਦ ਮਾਣਦੀ ਹੋਈ ਕੱਪੜੇ ਲਾ ਕੇ ਵਿੱਚ ਮੈਦਾਨੇ ਸ਼ੂਕ ਨਹੀਂ ਨੇ ਆਉਂਦੇ ਚਮਕਦੇ ਪਿੰਡਿਆਂ ਉੱਤੇ ਯਾਰੋ ਮਸਲ ਗੀਤ ਨੇ ਗਾਉਂਦੇ ਆਓ ਖਿਡਾਰੀ ਖੇਡ ਕਬੱਡੀ ਦੇ ਪੂਰਾ ਹੁਨਰ ਵਿਖਾਉਂਦੇ ਨੇ ਕਈ ਰੇਡਾਂ ਪਾਉਂਦੇ ਕਈ ਜੱਫੇ ਲਾਉਂਦੇ ਆਓ ਸਲਾਮੂ ਸ਼ਾਮ ਚਰਾਸੀ ਵਾਲਾ ਹੰਦੇ ਦੇ ਲਾਗੇ ਹੋ ਗਈ ਬੱਲੇ ਬੱਲੇ ਇੱਕ ਯੋਰ ਦੇ ਨਾਲ ਲੱਗੂ ਜੱਫਾ ਹੋ ਕਮਾਲ ਦੇਖਦੇ ਵੀ ਗੱਲ ਕੀ ਬਣਦੀ ਹੋਈ ਹੰਦੇ ਦੂਰ ਸਾਰਾ ਵੀਰਾ ਮਾਰ ਦਿਓ ਭਾੜੀਆਂ ਇੱਕ ਵਾਰੀ ਫਿਰ ਇਹ ਹੈ ਸਲਾਮੂ ਤੇ ਫੌਜੀ ਦੋ ਭਰਾ ਖੇਡਦੇ ਕਬੱਡੀ ਸ਼ਾਮ ਚੁਰਾਸੀ ਵਾਲਾ ਲਾ ਜੱਫਾ ਇੱਕ ਵੀਰ ਨੇ ਜੱਫਾ ਲਾਇਆ ਦੂਸਰੇ ਦੀ ਕਬੱਡੀ ਹੈ ਉਧਰ ਜੱਗਾ ਹੈ ਬਿੱਟੂ ਹੈ ਮਿੱਠੂ ਚੱਕ ਦੇਸ ਰਾਜਦਾ ਤੇ ਕਿਹੜਾ ਲਾਊ ਜੱਫਾ ਫਿਰ ਧੰਨ ਧੰਨ ਹੋਣ ਵਾਲੀ ਗੱਲ ਬਣੇਗੀ ਨਾ ਸ਼ਾਮ ਚੁਰਾਸੀ ਵਾਲੇ ਫੌਜੀ ਦੀ ਪਈ ਰੇਡ ਇੱਕ ਇੱਕ ਕਬੱਡੀ ਲੱਖ ਲੱਖ ਦੀ ਪੈਣ ਵਾਲੀ ਗੱਲ ਹੈ ਮੈਦਾਨ ਦੇ ਵਿੱਚ ਅੱਗੇ ਵੱਧ ਕੇ ਕੀਤਾ ਹਮਲਾ ਦਰਸ਼ਕਾਂ ਨੂੰ ਖੁੱਲੇ ਖੁਲਾਰੇ ਨੇ ਚੱਕ ਦੇਸ ਰਾਜ ਵਾਲਾ ਮਿੱਠੂ ਲਾਉ ਕਰਦਾ ਕੋਸ਼ਿਸ਼ ਫੜਾ ਗੱਲ ਲੱਕ ਬੱਲੇ ਬੱਲੇ ਔਰ ਨੇਰੀ ਸਹਿ ਫਿਰ ਕਬੱਡੀ ਕਬੱਡੀ ਹੁੰਦੀ ਹੋਈ ਮਾਰ ਹੱਜਕਾ ਨੌਜਵਾਨ ਹੱਦੇ ਦੂਰ 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 ਹੁੰਦੇ ਹੋਏ ਆਂਦੇ ਇਹ ਚੱਕ ਦੇ ਸਰਾਜ ਵਾਲਾ ਮਿੱਠੂ ਮੁਕੰਦਪੁਰ ਦੇ ਹਕੀਮਪੁਰ ਦੇ ਬੰਗਿਆਂ ਦੇ ਲਾਗੇ ਚੱਕ ਦੇ ਸਰਾਜ ਪਿੰਡ ਹੈ ਕਿ ਰਾਜਗੁਰੂ ਸੁਖਦੇਵ ਸਰਾਭੇ ਉਦਮ ਦਾ ਕੀ ਕਹਿਣਾ ਭਗਤ ਸਿੰਘ ਨੇ ਸਦਾ 23 ਸਾਲ ਦੇ ਰਹਿਣਾ ਲੋਕੀ ਨਾਮ ਸ਼ਹੀਦਾਂ ਦਾ ਸੁੱਚੇ ਮੂੰਹ ਲੈਂਦੇ ਨੇ ਮਰ ਜਾਂਦੇ ਜੋ ਦੇਸ਼ ਲਈ ਉਹ ਸਦਾ ਜਿਉਂਦੇ ਰਹਿੰਦੇ ਇੰਦਰਜੀਤ ਸੋਢੀ ਸੁੰਗਲਾ ਵੱਲੋਂ 500 ਰੁਪਇਆ ਮਿੱਠੂ ਲਈ ਤੇ ਬਲਵੀਰ ਸਿੰਘ ਜੀ ਰਾਹੋਂ ਵੱਲੋਂ ਵੀ 500 ਰੁਪਇਆ ਮਿੱਠੂ ਦੇ ਵਾਸਤੇ ਮਾਨ ਸਨਮਾਨ ਦਿੱਤੇ ਜਾ ਰਹੇ ਨੇ ਇੰਦਰਜੀਤ ਸਿੰਘ ਸੋਢੀ ਸੁੰਗੜਾ ਸਿਡਨੀ ਬਲਵੀਰ ਸਿੰਘ ਜੀ ਰਾਹੋਂ ਲਓ 2000 ਦੀ ਦੂਸਰੀ ਕਬੱਡੀ ਪੈ ਗਈ ਜੀ 2000 ਦੀ ਦੂਸਰੀ ਕਬੱਡੀ ਤੇ ਕੌਣ ਲਾਊ ਜੱਫਾ ਇਧਰ ਪਾਸੇ ਮੈਦਾਨ ਦੇ ਵਿੱਚ ਅੱਗੇ ਵੱਧ ਕੇ ਕੀਤੇ ਹਮਲੇ ਨੂੰ ਕਿਹੜਾ ਠੱਲ ਪਾ ਦੇਗਾ ਬੱਲੇ ਬੱਲੇ ਹੁੰਦੀ ਹੋਈ ਅੰਬੀ ਵਰਗੇ ਨੌਜਵਾਨ ਜੱਗੇ ਵਰਗੇ ਮਿੱਠੂ ਵਰਗੇ ਤਿਆਰ ਤੇ ਜੱਗਾ ਹੁੰਦਾ ਕਮਾਲ ਪਰ ਸੰਦੀਪ ਲੁੱਦੜ ਵੱਡਾ ਮੱਲ ਆਖਿਆ ਲੋਕੋ ਵਾਲੇ ਅਮਨ ਨੇ ਇਸ ਨੌਜਵਾਨ ਨੂੰ ਆਪਣੇ ਬੋਲਾਂ ਦੇ ਵਿੱਚ ਲਓ ਵੱਡਾ ਮੱਲ ਹੈ ਖੇਡ ਕਬੱਡੀ ਦਾ ਵਾਕਈ ਵੱਡਾ ਮੱਲ ਹੈ ਕੋਈ ਸ਼ੱਕ ਨਹੀਂ ਸੁੱਖੀ ਬਰਾੜ ਜੀ ਕਹਿੰਦੇ ਕੋਈ ਸ਼ੱਕ ਨਹੀਂ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸ਼ੱਕ ਵੀ ਹੁੰਦਾ ਪਰ ਕੋਈ ਕੋਈ ਗੱਲਾਂ ਜ਼ਿੰਦਗੀ ਦੇ ਵਿੱਚ ਹੁੰਦੀਆਂ ਵੀ ਕੋਈ ਸ਼ੱਕ ਨਹੀਂ ਲਓ ਕੋਈ ਸ਼ੱਕ ਨਹੀਂ ਮੇਰੇ ਪਾਸੇ ਮਨੀ ਜੀ ਭਾਈ ਕਬੱਡੀ ਆ ਥੋਪੀਆਂ ਵਾਲਾ ਵੀਰ ਜੀ ਕਬੱਡੀ ਪਾ ਰਿਹਾ ਤੁਹਾਡੇ ਏਰੀਏ ਦਾ ਆ ਰੇਡ ਤੋਂ ਬਾਅਦ ਤੁਹਾਨੂੰ ਮੈਕ ਦੇ ਦਾਂਗੇ ਲਾਹੂ ਬੱਲੇ ਬੱਲੇ ਇੱਧਰ ਇਹ ਹੈ ਤਲਵੰਡੀ ਸਲੇਮ ਵਾਲਾ ਸਾਡੇ ਬਾਂਸਰ ਸਾਹਿਬਾਨ ਅੱਗੇ ਬੇਨਤੀ ਕਿ ਸੁਰਖਾ ਕਲਾਕਾਰ ਸਾਡੇ ਜਿਹੜੇ ਹੈ ਪੰਜਾਬੀ ਕਲਾਕਾਰ ਮਸ਼ਹੂਰ ਸੁਰਖਾ ਪਹੁੰਚ ਚੁੱਕੇ ਨੇ ਬਾਂਸਰ ਵੀਰਾਂ ਅੱਗੇ ਬੇਨਤੀ ਕਿ ਉਹਨਾਂ ਨੂੰ ਜ਼ਰੂਰ ਪ੍ਰਵੇਸ਼ ਕਰ ਲੈਣ ਦੇਣ ਜੱਸਾ ਸਿੱਧਵਾਂ ਵਾਲਾ ਇੱਕ ਪਾਸੇ ਮਿੱਠੂ ਹੈ ਦੂਸਰੇ ਪਾਸੇ ਜੱਸਾ ਹੈ ਤੇ ਲੱਖਾ ਸਿੱਧਵਾਂ ਵਾਲਾ ਮਹਾਨ ਰਾਈਟਰ ਹੈ ਉਹ ਵੀ ਸਾਡੇ ਕੋਲ ਪੁੱਜਿਆ ਹੋਇਆ ਜੀ ਇਹਨੂੰ ਵੀਰਾ ਸਿੱਧਵਾਂ ਦਾ ਲੱਡੂ ਸਿੱਧਵਾਂ ਦਾ ਸੁਖਵਿੰਦਰ ਸੋਹ ਨੇਕੀ ਸਿੱਧਵਾਂ ਦਾ ਜੋਗਿੰਦਰ ਪੱਪੀ ਮਿੰਦਰ ਵਰਗੇ ਸਾਰੇ ਮਹਾਨ ਕਬੱਡੀ ਦੇ ਖਿਡਾਰੀ ਹੋਏ ਪਰ ਇੱਧਰ ਅਵਤਾਰ ਬਾਜਵਾ ਦਸੂਏ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖਿਡਾਰੀ ਹੈ ਭਾਈ ਇਹ ਕਬੱਡੀ ਦੇ ਕੌਣ ਲਾਊ ਜੱਫਾ ਹਾਉ ਇੱਧਰ ਪਾਸੇ ਕਮਾਲ ਅਮਨ ਦੋਗਾਂ ਵਾਲਾ ਇਸ਼ਾਰਾ ਕਰਦਾ ਹੋਇਆ ਸਟੋਪਰ ਦੇ ਅੱਗ ਦੇ ਵਿੱਚ ਬਾਬਾ ਸੁਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਜੋਸ਼ ਜਜ਼ਬਾ ਜਨੂਨ ਕੁੱਟ ਕੁੱਟ ਭਰਿਆ ਆਗੇ ਖਿਡਾਰੀ ਨੇ ਕਬੱਡੀ ਦੀ ਸ਼ਾਨ ਬਣ ਕੇ ਫਸਣ ਲੱਗੇ ਨੇ ਸ਼ੇਰਾਂ ਵਾਂਗ ਪੰਜੇ ਗੱਭਰੂ ਆਗੇ ਨੇ ਤੀਰ ਕਮਾਨ ਬਣ ਕੇ ਹੁਣੇ ਤੱਕੇ ਤੂਫਾਨਾਂ ਵਾਂਗ ਹੱਲੇ ਕੌਣ ਖੜੂਗਾ ਮੂਰੇ ਚਟਾਨ ਬਣ ਕੇ ਰੇਡਰ ਨਾਲ ਹਵਾਵਾਂ ਦੇ ਬਿਣਗ ਕਰਨ ਗੱਲਾਂ ਜਾਂ ਫਿਰ ਠੱਲਣਗੇ ਮੂਰਿਓਂ ਵੀਰ ਬਲਵਾਨ ਬਣ ਕੇ ਕੌਣ ਠੱਲਦਾ ਕੌਣ ਤਾਂ ਦੇਖਦੇ ਵੀ ਇੱਕ ਜ਼ੋਰ ਦੇ ਨਾਲ ਜੱਫਾ ਕਿਹੜਾ ਟੈਕਨੀਕਲ ਤਰੀਕੇ ਦੇ ਨਾਲ ਨਾ ਬਾਰਾ ਵਾਲੇ ਹੁੰਦੀ ਹੋਈ ਆ ਮੇਰੀ ਸਹਿ ਦਸਵੀਂ ਬਿੰਦੂ ਨਾਮ ਮੁੰਡੇ ਦਾ ਇਹ ਤਾਂ ਵੀ ਬਿੰਦੂ ਹੈ ਲਓ ਬਿੰਦੂ ਕੋਚ ਹੈ ਬਿੰਦੂ ਜਾਫੀ ਹੈ ਹੁਣ ਗੱਲ ਕੀ ਬਣੂਗੀ ਤਾੜੀਆਂ ਕੀ ਰਵਾਸੇ ਵੱਜਣਗੇ ਮਾਰ ਹੋ ਚੁੱਕਾ ਆਓ ਕਬੱਡੀ 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 ਵਾਹ ਵੀ ਨੌਜਵਾਨ ਬਿੰਦੂ ਆ ਵੀ ਬਿੰਦੂ ਇਸ ਬਿੰਦੂ ਦਾ ਪਿੰਡ ਦੱਸ ਨੌਜਵਾਨ ਥੋਪੀਆ ਪਿੰਡ ਹੈ ਇਸ ਬਿੰਦੂ ਦਾ ਵੀ ਲਓ ਬਿੰਦੂ ਨੇ ਬਹੁਤ ਵਧੀਆ ਜੱਫਾ ਲਾਇਆ ਵਿੱਕੀ ਉਹਦੇ ਵੱਲ ਵੱਲੋਂ 100 ਰੁਪਇਆ ਥੋਪੀਆ ਵਾਲੇ ਬਿੰਦੂ ਦੇ ਵਾਸਤੇ 500 ਰੁਪਏ ਦਾ ਮਾਨ ਸਨਮਾਨ ਜੋ ਹੈ ਵਿੱਕੀ ਉਹਦੇ ਵੱਲ ਸਾਡੇ ਵੀਰ ਮਾਨ ਸਨਮਾਨ ਭੇਜਦੇ ਹੋਏ ਲਓ ਇਧਰੇ ਪਾਸੇ ਅਮਿਤ ਸੰਦੀਪ ਲੁੱਦੜ ਦੀ ਮੈਨੂੰ ਲੱਗਦਾ ਵੀ ਇਹ ਆਖਰੀ ਕਬੱਡੀ ਹੈ 2000 ਰੁਪਇਆ ਹੋਵੇਗਾ ਸੁਰੱਖਿਅਤ ਸੋਢੀ ਉਹਨਾਂ ਵੱਲੋਂ 1000 UK ਤੋਂ ਹੈ ਤੇ ਨਾਲ ਸਾਡੇ ਵੀਰ ਵਿੱਕੀ ਉਦਮ
ਤੇ ਤੈਨੂੰ ਠੇਕੇਦਾਰ ਹੁਣਾਂ ਵੱਲੋਂ 1000 ਹੈ ਲੋ 2000 ਦੀ ਕਬੱਡੀ ਪੈ ਗਈ ਮੈਦਾਨ ਦੇ ਵਿੱਚ ਆਖਰੀ ਕਬੱਡੀ ਹੈ ਤਿੰਨ ਕਬੱਡੀਆਂ ਤੇ ਮਾਇਆ ਦੇ ਗੱਫੇ ਲੱਗੇ ਸਨ ਲਓ ਆਖਰੀ ਕਬੱਡੀ ਦੇ ਕੌਣ ਜਫਰ ਆਵੇਗਾ ਬਿੰਦੂ ਵਰਗੇ ਨੌਜਵਾਨ ਤਿਆਰ ਵਰ ਤਿਆਰ ਨੇ ਜੱਗੇ ਵਰਗੇ ਤਿਆਰ ਨੇ ਪੁਰ ਹੀਰਾ ਵਾਲਾ ਦੇਖਦੇ ਵੀ ਕਿਹੋ ਜਿਹਾ ਕਮਾਲ ਕਰਦਾ ਓਹੋ 2000 ਦਾ ਕਰਕੇ ਸਾਰਾ ਟੱਬਰ ਪੈਣ ਵਾਲੀ ਗੱਲ ਬਣ ਗਈ ਡਬਲ ਟੱਚ ਹੋ ਗਿਆ ਨੌਜਵਾਨ ਟਾਈਮਿੰਗ ਬੜੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਜੇ ਟਾਈਮਿੰਗ ਨਹੀਂ ਤੇ ਕਾਮਯਾਬੀ ਨਹੀਂ ਟਾਈਮਿੰਗ ਜਾਫੀਆਂ ਦੇ ਵਿੱਚ ਵੀ ਹੋਣੀ ਬੜੀ ਜ਼ਰੂਰੀ ਹੈ ਸੋ ਵਾਟਰ ਬ੍ਰੇਕ ਆਰਾਮ ਦੇ ਪਲ ਲੜਕੀਆਂ ਦਾ ਮੈਚ ਹੋਵੇਗਾ ਟੀਮਾਂ ਆ ਜਾਣ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਮਨਮੋਹਨ ਸਿੰਘ ਜੀ ਖੇਲਾ ਸਾਹਿਬ ਅਮਰਜੀਤ ਸਿੰਘ ਜੀ ਖੇਲਾ ਬਲਜੀਤ ਸਿੰਘ ਜੀ ਖੇਲਾ ਅਵਤਾਰ ਸਿੰਘ ਬਿੱਲੂ ਜੀ ਦੇਵ ਗਿੱਲ ਜੀ ਬਾਲੀਵੁੱਡ ਅਦਾਕਾਰ ਜਸਵੀਰ ਸਿੰਘ ਜੀ ਧਾਰਨੀ ਆਸਟ੍ਰੇਲੀਆ ਆ ਵੀ ਸੁਲੱਖਣ ਸਿੰਘ ਤੇਰੇ ਪਾਸੇ ਮਾਇਆ ਦੇ ਗੱਫੇ ਨੌਜਵਾਨ ਹੈ ਪੂਜੇਵਾਲ ਦਾ ਕਬੱਡੀ ਕੱਪ ਹੋਵੇਗਾ 15 ਮਾਰਚ ਦੀਆਂ ਤਰੀਕਾਂ ਨੇ 61,000 ਤੇ 41,000 ਰੁਪਏ ਪ੍ਰਾਈਜ਼ ਹੋਣਗੇ ਹੈਪੀ ਸਟ੍ਰਾਈਕਰ ਸਪੋਰਟਸ ਕਲੱਬ ਹੈਪੀ ਸਟ੍ਰਾਈਕਰ ਸਪੋਰਟਸ ਕਲੱਬ ਵੱਲੋਂ 15 ਮਾਰਚ ਨੂੰ ਪੂਜੇਵਾਲ ਦੇ ਵਿੱਚ ਕਬੱਡੀ ਕੱਪ ਹੋਵੇਗਾ ਆਪ ਸਭ ਨੂੰ ਸੱਦੇ ਦਿੱਤੇ ਜਾ ਰਹੇ ਨੇ 41,000 ਦੇ ਪ੍ਰਾਈਜ਼ ਹੋਣਗੇ ਵੱਡੇ ਮੁਕਾਬਲੇ ਲਓ ਅੱਜ ਦਾ ਵੀ ਵੱਡਾ ਮੈਚ ਹੈ ਗੱਬਰ ਸਾਊਂਡ ਸਰਵਿਸ ਧੰਨਵਾਦ ਹੈ ਗੱਬਰ ਸਿੰਘ ਕੋਈ ਬੱਕਰੀ ਕਾ ਬੱਚਾ ਨਹੀਂ ਦੌੜਾ ਔਰ ਪਕੜ ਲਿਆ ਡਾਇਲੌਗ ਬੜਾ ਮਸ਼ਹੂਰ ਹੋਇਆ ਸੀਗਾ 1974 ਦੀ ਸ਼ੋਲੇ ਫਿਲਮ ਦੀ ਗੱਲ ਹੋਈ ਪੂਜੇਵਾਲ 15 ਤਰੀਕ ਨੂੰ ਇਸ ਖਿਡਾਰੀ ਦਾ ਬੁਲਟ ਮੋਟਰਸਾਈਕਲ ਨਾਲ ਸਨਮਾਨ ਹੋਵੇਗਾ ਆਹ ਨੌਜਵਾਨ ਸੋਰੀ ਬਿੰਦੂ ਦਾ ਮਾਨ ਸਨਮਾਨ ਕੀਤਾ ਜਾਵੇਗਾ ਪਰ ਇਹ ਨੌਜਵਾਨ ਮੰਨੀਏ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਖਿਡਾਰੀ ਇਸ ਮੈਚ ਤੋਂ ਬਾਅਦ ਲੜਕੀਆਂ ਦੀਆਂ ਟੀਮਾਂ ਹਾਜ਼ਰ ਤਿਆਰ ਹੋ ਕੇ ਲਓ ਇੰਦਰ ਬਿੱਲੀ ਭੁੱਲਰ ਬੜਾ ਸੌਖਾ ਹੈ ਪਲੀਜ਼ ਬ੍ਰੇਕ ਆਓ ਹੌਣਰੀ ਸਾਹਿਬ ਨੌਜਵਾਨ ਸੋਨੀ ਬਹੁਤ ਵਧੀਆ ਨੌਜਵਾਨ ਮਨੀ ਇਧਰ ਪਾਸੇ ਪ੍ਰਦਰਸ਼ਨ ਕਰਦਾ ਹੋਇਆ ਮਨੀ ਪੜ ਲੈ ਕੇ ਵਾਪਸ ਪਲੀਜ਼ ਬ੍ਰੇਕ ਪੰਜਾਬ ਦੇ ਮਸ਼ਹੂਰ ਗਾਇਕ ਸੁਖਰਾਬ ਜੀ ਸਾਡੇ ਦਰਮਿਆਨ ਪਹੁੰਚ ਚੁੱਕੇ ਹੈ ਸੁਖਰਾਬ ਜੀ ਸਾਡੇ ਦਰਮਿਆਨ ਪਹੁੰਚ ਚੁੱਕੇ ਹੈ ਮੈਂ ਕਮੇਟੀ ਮੈਂਬਰਾਂ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਅਦਬ ਨਾਲ ਸਟੇਜ ਤੇ ਲਿਆਉਣ ਸੁਰਖਾਬ ਜੀ ਸੁਰਖਾਬ ਜੀ ਸੁਰਾਂ ਦੇ ਖਾਬ ਖਾਬ ਲੈਣੇ ਜ਼ਿੰਦਗੀ ਦੇ ਸੁਪਨੇ ਲੈਣੇ ਜ਼ਰੂਰੀ ਨੇ ਪਰ ਜੇ ਸੁਪਨਿਆਂ ਨੂੰ ਸਾਕਾਰ ਕਰੀਏ ਤੇ ਗੱਲ ਹੋਰ ਵਧੀਆ ਹੈ ਲਓ ਆਹ ਨੌਜਵਾਨ ਦੇਖਦੇ ਨੇ ਇਧਰੇ ਪਾਸੇ ਮੈਦਾਨ ਵਿੱਚ ਜਲਾਲਪੁਰੀਆ ਦੀ ਪਈ ਕਬੱਡੀ ਦੇ ਗੱਲ ਕੀ ਬਣਦੀ ਤੇ ਪੁਆਇੰਟ ਹੈਰੀ ਨੌਜਵਾਨ ਬਹੁਤ ਵਧੀਆ ਨੰਬਰ ਜੋੜਦਾ ਹੋਇਆ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹ ਸੁਰਖਾਬ ਜੀ ਉਹਨਾਂ ਦਾ ਧੰਨਵਾਦ ਹੈ ਸੁਰਾਂ ਦੇ ਖਾਬ ਨੇ ਲਓ ਇੱਧਰ ਸੁਰਾਂ ਦੀ ਖੇਡ ਕਬੱਡੀ ਹੈ ਸੋ ਬੋਲਾਂ ਦੇ ਵਣਜਾਰਿਆਂ ਦਾ ਵੀ ਧੰਨਵਾਦ ਹੈ ਕਲਮ ਦੇ ਧਨੀ ਕਾਲਮਾਂ ਦੇ ਵਾਰਸਾਂ ਦਾ ਵੀ ਧੰਨਵਾਦ ਹੈ ਅਦੀਬਾਂ ਫਨਕਾਰਾਂ ਦਾ ਵੀ ਧੰਨਵਾਦ ਹੈ ਆਰਟਿਸਟਾਂ ਕਲਾਕਾਰਾਂ ਦਾ ਵੀ ਧੰਨਵਾਦ ਹੈ ਦਰਸ਼ਕਾਂ ਮਹਿਮਾਨਾਂ ਦਾ ਵੀ ਧੰਨਵਾਦ ਹੈ ਲਓ ਕਲਮ ਦੇ ਧਨੀ ਕਾਲਮਾਂ ਦੇ ਵਾਰਸਾਂ ਦਾ ਆਯੋਜਕਾਂ ਪ੍ਰਯੋਜਕਾਂ ਦਾ ਪੁਲਿਸ ਪ੍ਰਸ਼ਾਸਨ ਦਾ ਸਿਵਲ ਪ੍ਰਸ਼ਾਸਨ ਦਾ ਸਭ ਦਾ ਧੰਨਵਾਦ ਲਓ ਸਿੱਧਵਾਂ ਵਾਲਾ ਜੱਸਾ ਪਾਉਂਦਾ ਹੋਇਆ ਕਬੱਡੀ ਮੈਦਾਨ ਦੇ ਵਿੱਚ ਬੱਲੇ ਬੱਲੇ ਜੱਸਾ ਸਿੱਧਵਾਂ ਵਾਲਾ ਹਾਂ ਲੜਕੀਆਂ ਦੀਆਂ ਟੀਮਾਂ ਆ ਜਾਓ ਜੀ ਜਲਦੀ ਤੋਂ ਜਲਦੀ ਲੜਕੀਆਂ ਦੀਆਂ ਟੀਮਾਂ ਨੈਕਸਟ ਮੈਚ ਦੇ ਵਾਸਤੇ ਆ ਜਾਣਾ ਉਸ ਤੋਂ ਬਾਅਦ ਵੱਡਾ ਫਾਈਨਲ ਖੇਡਿਆ ਜਾਣਾ ਤੇ ਫਿਰ ਸਾਡੀ ਪੰਜਾਬੀ ਕਮਿਊਨਿਟੀ ਦਾ ਮਾਣ ਪੰਜਾਬੀਆਂ ਦਾ ਮਾਣ ਗੁਰਦਾਸ ਸਮਾਨ ਜੀ ਆਉਣਗੇ ਤੇ ਫਿਰ ਰੰਗਾ ਰੰਗ ਪ੍ਰੋਗਰਾਮ ਦਾ ਆਨੰਦ ਮਾਣਾਂਗੇ ਲਓ ਉਧਰ ਪਾਸੇ ਪਲੀਜ਼ ਸਰ ਇੱਕ ਮਿੰਟ ਸਰ ਬਲਜੀਤ ਖੇਲਾ ਜੀ ਅੱਗੇ ਬੇਨਤੀ ਹੈ ਕਿ ਨਿੰਦਰ ਘਿਆਣੀ ਵਾਲਾ ਸਨਮਾਨ ਇੱਥੋਂ ਭੇਜ ਦਿਓ ਬਾਈ ਨੇਮ ਹੈ ਇੱਥੋਂ ਬਾਕਸ ਦੇ ਵਿੱਚ ਪਿਆ ਹੋਵੇਗਾ ਦਾਰਾ ਆਓ ਦਾਰਾ ਦੇਰੀ ਸਾ ਉਧਰ ਤਾਰੀ ਢੰਡੋ ਵਾਲੀ ਆ ਦਾਰੇ ਨੂੰ ਢੱਕਣ ਦੀ ਕੋਸ਼ਿਸ਼ ਕਰਦਾ ਹੈ ਲੋਕ ਗੱਲਾਂ ਕਰਦੇ ਵੀ ਤੂੰ ਵੱਡਾ ਦਾਰਾ ਸਿੰਘ ਹੈ ਤੂੰ ਵੱਡਾ ਮੇਰਦੀਨ ਹੈ ਤੂੰ ਵੱਡਾ ਹੁਕਮਾ ਮੈਸੋਪੁਰੀ ਹੈ ਲਓ ਇੱਧਰ ਆਹ ਨੌਜਵਾਨ ਸੰਦੀਪ ਲੋਧੜ ਕਬੱਡੀ ਪਾਉਣ ਦੇ ਵਾਸਤੇ ਇਹਦੀ ਐਗਜ਼ੈਂਪਲ ਹੋਵੇਗੀ ਆਉਣ ਵਾਲੇ ਸਮੇਂ ਦੇ ਇੱਕ ਜੋਰੀ ਬੇਨਤੀ ਗੁਰਮੁਖ ਸਿੰਘ ਪਿੰਡ ਦੇ ਡਾਕਟਰ ਰਾਮਪੁਰ ਬਿਲਡੋ ਉਹਨਾਂ ਦਾ ਲਾਇਸੈਂਸ ਆਧਾਰ ਕਾਰਡ ATM ਸਮਾਨ ਗੁਆਚ ਗਿਆ ਕਿਰਪਾ ਕਰਕੇ ਜੀ ਕਿਸੇ ਮਿਲਦਾ ਸਟੇਜ ਤੇ ਦੇ ਜਾਓ ਸਿਕੰਦਰ ਸਾਹਿਬ ਦੋ ਖਾਲੀ ਬਟੂਏ ਸਾਨੂੰ ਮਿਲ ਗਏ ਨੇ ਖਾਲੀ ਬਟੂਏ ਨੇ ਪੈਸੇ ਤਾਂ ਇਹਨਾਂ ਦੇ ਵਿੱਚ ਨਹੀਂ ਸੁਖੀ ਬਰਾਜ ਜੀ ਕਹਿੰਦੇ ਵੀ ਖਾਲੂ ਬਟੂਏ ਨੇ ਲਾਇਸੈਂਸ ਤੇ ਆਈਡੈਂਟੀ ਕਾਰਡ ਹੈਗੇ ਨੇ ਪਲੀਜ਼ ਸਰ ਹੋਰ ਵੀ ਬੜੇ ਸਿਆਣੇ ਨੇ ਪੈਸੇ ਕੱਢਣੇ ਬੜੇ ਕੀਤੇ ਗਏ ਨੇ ਇਹ ਸਿਆਣਪ ਹੈ ਕਿਉਂਕਿ ਕਾਗਜ਼ਾਤ ਜ਼ਰੂਰੀ ਨੇ ਪੈਸੇ ਤਾਂ ਜ਼ਿੰਦਗੀ ਦੇ ਵਿੱਚ ਹੋਰ ਆ ਜਾਣਗੇ ਲਓ ਚੋਰਾਂ ਦਾ ਵੀ ਧੰਨਵਾਦ ਪਰ ਚੋਰਾਂ ਤੋਂ ਬਚ ਕੇ ਰਹੋ ਲਓ ਬਚ ਕੇ ਰਹੋ ਸਾਰੇ ਵੀਰ ਇਧਰ ਪਾਸੇ ਖੇਡ ਕਬੱਡੀ ਅਮਿਤ ਤੇ ਸੁਖਾ ਬਿੱਲੀ ਭੋਲਰ ਵਾਲਾ ਕਰਦਾ ਹੋਇਆ ਕੋਸ਼ਿਸ਼ ਢੱਕਣ ਦੀ ਵਾਹ ਸੱਜੇ ਖੱਬੇ ਹੁੰਦਾ ਨੌਜਵਾਨ
ਪੜ ਲੈ ਕੇ ਵਾਪਸ ਬਾਬਾ ਭਾਈ ਸਾਧੂ ਕਬੱਡੀ ਅਕੈਡਮੀ ਰੋੜਕਾ ਪਿੰਡ ਹੈ ਬਲਜੀਤ ਸਿੰਘ ਜੀ ਸੰਧੂ ਮਹਾਨ ਕਬੱਡੀ ਦੇ ਪ੍ਰਮੋਟਰ ਚਰਨਜੀਤ ਸਿੰਘ ਜੀ ਸੰਧੂ ਉਹਨਾਂ ਦਾ ਫੁੱਟਬਾਲਰਾਂ ਦੀ ਗੱਲ ਹੈ ਕਹਿੰਦੇ ਜਰਨੈਲ ਸਿੰਘ ਪਨਾਮੀਆਂ ਸੌਕਰ ਦੀ ਦੁਨੀਆ ਦਾ ਬਾਦਸ਼ਾਹ ਹੋਇਆ ਹੈ ਇਸ ਏਰੀਏ ਦਾ ਗੜ ਸ਼ੰਕਰ ਦਾ ਇਹ ਬਲਾਚੌਰ ਦਾ ਏਰੀਆ ਹੈ ਸੌਕਰ ਦੀ ਫੁੱਟਬਾਲ ਦੀ ਗੱਲ ਹੋਈ ਲਓ ਗੱਲ ਖੇਡ ਕਬੱਡੀ ਦੀ ਹੈ ਮੈਦਾਨ ਦੇ ਵਿੱਚ ਹੈਰੀ ਜਲਾਲਪੁਰੀਏ ਦੀ ਪਈ ਹੈ ਕਬੱਡੀ ਤੇ ਵਾਹ ਆ ਦੇਰੀ ਸਾਂ ਬਿੰਦੂ ਨਾਜੋ ਦੇ ਪਾਸੇ ਹੁੰਦੀ ਹੈ ਕੋਸ਼ਿਸ਼ ਹੈ ਤੇ ਗੱਲ ਮੈਨੂੰ ਲੱਗਦਾ ਵੀ ਮੁਸ਼ਕਿਲ ਬਣਦੀ ਹੈ ਪੋਜੇ ਵਾਲ ਦੇ ਵਿੱਚ ਬਿੰਦੂ ਫਰਾਲੇ ਵਾਲਾ ਕਹਿੰਦਾ ਵੀ ਬਿੰਦੂ ਉਹਦਾ ਮਾਨ ਸਨਮਾਨ ਜੋ ਪੋਜੇ ਵਾਲ ਦੇ ਕਬੱਡੀ ਕੱਪ ਦੇ ਵਿੱਚ ਮੋਟਰਸਾਈਕਲ ਦੇ ਨਾਲ ਹੋਵੇਗਾ ਵੱਡੇ ਵੱਡੇ ਮਾਨ ਸਨਮਾਨ ਦਿੱਤੇ ਜਾਂਦੇ ਪ੍ਰਵਾਸੀਆਂ ਵੱਲੋਂ ਲਓ ਇਹ ਸਰ ਸਰ ਖਾਲੀ ਬਟੂਆ ਭੇਜ ਦਿਓ ਸਟੇਜ ਤੇ ਬਟੂਆ ਤੇ ਜੇ ਖਾਲੀ ਮਿਲ ਜਾਊਗਾ ਜੀ ਜੇ ਸਾਡੇ ਕੋਲ ਆ ਗਿਆ ਤੇ ਉੱਥੇ ਵੀ ਪਹੁੰਚ ਜਾਊਗਾ ਧੰਨਵਾਦ ਜੀ ਲਓ ਇੱਧਰ ਮਨੀ ਨੌਜਵਾਨ ਥੋਪੀਆਂ ਵਾਲਾ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਦੀਸ਼ਾ ਨਾਲ ਤਾਰੀ ਦੇਖਣੇ ਵੀ ਚੱਠਾ ਪਰਿਵਾਰ ਦਾ ਹੈ ਨਾਲ ਸੋਖਾ ਤੇ ਸਲਾਮੂ ਲਓ ਆਲੋਲ ਢੇਰੀਆਂ ਵਾਲਾ ਡਕਰਨ ਦੀ ਕੋਸ਼ਿਸ਼ ਕਰਦਾ ਤੇ ਪਣ ਵਾਹ ਆਸੇ ਪਾਸੇ ਪਿੰਡਾਂ ਵਿੱਚ ਇਹਨਾਂ ਖਿਡਾਰੀਆਂ ਦੀਆਂ ਹੋਣਗੀਆਂ ਗੱਲਾਂ ਕੱਲ ਨੂੰ ਸੱਥਾਂ ਦੇ ਵਿੱਚ ਕਿ ਫਲਾਣਿਆਂ ਦੇ ਡੋਲਿਆਂ 'ਚ ਸ਼ੇਰ ਜਿੰਨੀ ਜਾਨ ਸੀ ਪੈਂਦੀਆਂ ਸੀ ਘੁੱਗੀਆਂ ਫਲਾਣੇ ਦੇ ਪੱਟਾਂ ਵਿੱਚ ਖੇਡਣ ਖਿਡਾਰੀ ਆਉਂਦੇ ਬੁਲਟਾਂ ਦੇ ਗੱਡੀਆਂ ਦੇ ਪੈਂਦੀ ਨਹੀਂ ਹੈ ਲੋੜ ਹੁਣ ਚੜ੍ਹਨੇ ਦੀ ਬੱਸਾਂ ਵਿੱਚ ਜਗ ਤੌਲੀਆਂ ਤੋਂ ਸ਼ੁਰੂ ਹੋਈ ਸੀ ਕਬੱਡੀ ਅੱਜ ਕੱਲ੍ਹ ਪੁੱਜ ਗਈ ਭਦੌੜ ਵਾਲੇ ਲੱਖਾਂ ਦੇ ਵਿੱਚ ਲੱਖਾਂ ਦੇ ਵਿੱਚ ਪੁੱਜੀ ਖੇਡ ਕਬੱਡੀ ਹੈ ਇੱਧਰ ਬੱਲੇ ਬੱਲੇ ਹੈ ਇੱਕ ਪਾਸੇ ਮਿੱਠੂ ਹੈ ਦੂਸਰੇ ਪਾਸੇ ਦੇਖਦੇ ਵੀ ਸੰਦੀਪ ਹੈ ਸੋਢੀ ਸੁੰਗੜਾ ਤੇ ਨਾਲ ਸਾਡੇ ਵੀਰ ਬਲਜੀਤ ਖੇਲਾ ਜੀ ਮਨੀ ਦੇ ਵਾਸਤੇ 500 ਰੁਪਈਆ ਇੰਦਰਜੀਤ ਸਿੰਘ ਜੀ ਸੋਢੀ ਸੁੰਗੜਾ ਤੇ ਬਲਜੀਤ ਸਿੰਘ ਜੀ ਲੈ ਵੀ ਮਨੀ ਤੇਰੇ ਵਾਸਤੇ ਮਾਨ ਸਨਮਾਨ ਨੌਜਵਾਨਾਂ ਦਿੱਤੇ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਲਓ ਇਧਰ ਪਾਸੇ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੀ ਟੀਮ ਦਾ ਇਹ ਰੇਡ ਰੇਡ ਪਾ ਰਿਹਾ ਫਿਰ ਵੀ ਲੋਕ ਸਵਾਲ ਕਰਦੇ ਵੀ ਕਿਹੜੀ ਟੀਮ ਕਿਹੜੇ ਪਾਸੇ ਹੈ ਮੈਂ ਕਿਹਾ ਥੋੜਾ ਦਿਮਾਗ ਦੇ ਆਪਾਂ ਅਸਰ ਦਈਏ ਥੋੜਾ ਜਿਹਾ ਦਿਮਾਗ ਦੇ ਵਿੱਚ ਵਰਤੋਂ ਕਰੀਏ ਆਪਾਂ ਦਿਮਾਗ ਦੀ ਤੇ ਜੇ ਬਾਬਾ ਸੁਖਚੈਨ ਦਾਸ ਦੀ ਟੀਮ ਦਾ ਹੈਰੀ ਕਬੱਡੀ ਪਾ ਰਿਹਾ ਤੇ ਬਾਬਾ ਸੁਖਚੈਨ ਦਾਸ ਕਿਹੜੇ ਪਾਸੇ ਹੋਵੇਗੀ ਲਓ ਮੈਦਾਨ ਦੇ ਵਿੱਚ ਪਈ ਫਿਰ ਰੇਡ ਤੇ ਗੱਲ ਕੀ ਬਣਦੀ ਬਾਬਾ ਭਾਈ ਸਾਧੂ ਕਬੱਡੀ ਅਕੈਡਮੀ ਦੀ ਟੀਮ ਦਾ ਖਿਡਾਰੀ ਸੁਲੱਖਣ ਸਿੰਘ ਜੀ ਸੋਤਾ ਤੇ ਸੁਲੱਖਣ ਸਿੰਘ ਜੀ ਛੇਤਰਾ ਆਸਟ੍ਰੇਲੀਆ ਦੇ ਵਿੱਚ ਵੱਡੇ ਪ੍ਰਮੋਟਰ ਨੇ ਹਰ ਸਾਲ ਖੇਡ ਮੇਲੇ ਹੁੰਦੇ ਜਲਾਲਪੁਰੀਆ ਸੱਤਾ ਮਾਈਕ ਦੇ ਬੋਲ ਬੋਲਦਾ ਰੋਜ਼ੀ ਖਹਿਰੇ ਮਾਝੇ ਵਾਲਾ ਬੋਲ ਬੋਲਦਾ ਆਸਟ੍ਰੇਲੀਆ ਦੇ ਖੇਡ ਮੈਦਾਨਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਸੋ ਸਾਰੇ ਪ੍ਰਮੋਟਰਾਂ ਦਾ ਧੰਨਵਾਦ ਹੈ ਚਾਹੇ ਕੋਈ ਸਿਡਨੀ ਤੋਂ ਹੈ ਚਾਹੇ ਬ੍ਰਿਸਬਨ ਤੋਂ ਹੈ ਚਾਹੇ ਮੈਲਬੋਰਨ ਤੋਂ ਹੈ ਤੇ ਚਾਹੇ ਪਰਥ ਤੋਂ ਚਾਹੇ ਐਡੀਲੇਡ ਤੋਂ ਜਿੱਥੇ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਲਓ ਬਹਿਜਾ ਬਹਿਜਾ ਹੈ ਇੱਧਰ ਸਲਾਮੂ ਸ਼ਾਮ ਚਰਾਸੀ ਵਾਲਾ ਦਾਰੇ ਨੂੰ ਡੱਕ ਪਾਊ ਕਿ ਨਹੀਂ ਲਓ ਜੰਡੂ ਸਿੰਘੇ ਵਾਲਾ ਮੈਦਾਨ ਦੇ ਵਿੱਚ ਹੁੰਦੀ ਹੈ ਬਹਿਜਾ ਆਓ ਇਹ ਹੈ ਸਲਾਮੂ ਸ਼ਾਮ ਚਰਾਸੀ ਵਾਲਾ ਵਧੀਆ ਜਿਹਾ ਫਲਾ ਕੇ ਪੈਂਟ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੇ ਵਾਸਤੇ ਸ਼ਾਹਕੋਟ ਦੀ ਟੀਮ ਦਾ ਖਿਡਾਰੀ ਗੱਜ ਚੌੜੀ ਛਾਤੀ ਦਾ ਮਾਲਕ ਹੈ ਪਰਮੇ ਦੇ ਜੁੱਸੇ ਵਾਲਾ ਇਹ ਨੌਜਵਾਨ ਤੇ ਬਿੱਟੂ ਪੁਰ ਹੀਰਾ ਵਾਲਾ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਹੰਧਿਆਂ ਦੇ ਲਾਗੇ ਪਰ ਕੀਤੀ ਹੋਈ ਮਿਹਨਤ ਦੇ ਉੱਪਰ ਮਾਣ ਹੈ ਨਾਜ਼ ਹੈ ਫਖਰ ਹੈ ਇਹਨਾਂ ਨੌਜਵਾਨਾਂ ਨੂੰ ਕੀਤੀ ਹੋਈ ਮਿਹਨਤ ਹੈ ਮੈਦਾਨ ਦੇ ਵਿੱਚ ਦੇਖਣ ਵਿੱਚ ਚੁੰਗੀਆਂ ਭਰਦਾ ਨੌਜਵਾਨ ਅੱਗੇ ਵਧ ਕੇ ਪਈ ਹੋਈ ਕਬੱਡੀ ਅਮਿਤ ਦੀ ਅਮਿਤ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਬਾਬਾ ਭਾਈ ਸਾਧੂ ਕਬੱਡੀ ਅਕੈਡਮੀ ਰੁੜਕੇ ਦੀ ਟੀਮ ਦਾ ਖਿਡਾਰੀ ਹੈ ਬਾਰਾਂ ਵਾਲੇ ਦੇ ਪਾਸੇ ਫਿਰ ਹੁੰਦੀ ਹੋਈ ਵੱਜ ਗਈ ਕੈਂਚੀ ਨੇ ਦੇਖਦੇ ਵੀ ਹੁੰਦਾ ਹੋਇਆ ਕਮਾਲ ਹਾਂਦੇ ਦੂਰ ਕਮਾਲ ਕਰਦਾ ਤਾਰੀ ਨੇਰੀ ਸਹਿ ਤਾਰੀ ਇਟਲੀ ਦੇ ਵਿੱਚ ਜਾ ਵਸਿਆ ਕਬੱਡੀ ਖੇਡਦਾ ਟੰਡੋ ਵਾਲੀ ਹੈ ਆਖਰੀ ਪਲਾਂ ਦੇ ਵਿੱਚ ਖੇਡਿਆ ਜਾ ਰਿਹਾ ਮੁਕਾਬਲਾ ਇਸ ਦੇ ਨਾਲ ਹੀ ਮੈਨੂੰ ਲੱਗਦਾ ਵੀ ਜਿੱਤਾਂ ਹਾਰਾਂ ਦੇ ਫੈਸਲੇ ਨੇ ਸਕੋਰਰ ਸਾਡੇ ਵੀਰ ਬਲਦੇਵ ਸਿੰਘ ਜੀ ਲੈਕਚਰਾਰ ਸਰੀਰਕ ਸਿੱਖਿਆ ਕਹਿੰਦੇ ਵੀ ਬੀਬੀਐਸ ਕਬੱਡੀ ਕਲੱਬ ਬਾਬਾ ਭਾਈ ਸਾਧੂ ਕਬੱਡੀ ਅਕੈਡਮੀ ਰੁੜਕਾ ਦੇ ਨੰਬਰ ਰਹੇ ਨੇ 26 ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੇ ਨੰਬਰ ਰਹੇ ਨੇ 35 ਬਾਬਾ ਸੁਖਚੈਨ ਦਾਸ ਸ਼ਾਹਕੋਟ ਦੀ ਟੀਮ 26 ਦੇ ਮੁਕਾਬਲੇ 35 ਦੇ ਨਾਲ ਜੇਤੂ ਰਹੀ ਇਸ ਮੈਚ ਦੇ ਵਿੱਚ ਫਾਈਨਲ ਮੈਚ ਸ਼ਹੀਦ ਬਾਬਾ ਹਨੂੰਮਾਨ ਕਬੱਡੀ ਕਲੱਬ ਮੋਹਾਲੀ ਤੇ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੀਆਂ ਟੀਮਾਂ ਦੇ ਦਰਮਿਆਨ ਜੋ ਹੈ ਲੜਕੀਆਂ ਦੇ ਮੈਚ ਤੋਂ ਬਾਅਦ ਵੱਡੇ ਪੱਧਰ ਦਾ ਅੱਜ ਫਾਈਨਲ ਮੈਚ ਖੇਡਿਆ ਜਾਣਾ ਹੈ ਹੁਣ ਲੜਕੀਆਂ ਦਾ ਸ਼ੋਅ ਮੈਚ ਹੋਵੇਗਾ ਮਾਈਕ ਬੁੱਕਸ ਦੇ ਵਾਲੇ ਕੁਝ ਸਮੇਂ ਲਈ ਲੜਕੀਆਂ ਦੀਆਂ ਟੀਮਾਂ ਆ ਜਾਓ ਜੀ ਜਲਦੀ ਤੋਂ ਜਲਦੀ ਆ ਜਾਓ ਲੜਕੀਆਂ ਦੀਆਂ ਟੀਮਾਂ
ठीक बहुत बहुत मेहरबानी जी आए नो सरदार बलजिंदर सिंह मान मनजीत मान जी बलजिंदर मान संपादक निकिया करुंबला साडे दरबार पहुंचे ने प्रिंसीपल मनजीत मान जी ते उन्हां दी बेटी उन्हां नू भी साडे वल जी आए नो चौधरी संजीव पिंटू जी चौधरी चरणजीत कटारिया जी पहुंचे ने जी आए नो निघा स्वागत हाँ जी उन्होंने सम्मानित करेंगे खेला परिवार वालों सरदार मनमोहन सिंह खेला चार दिन सुखां दे समुंदर जतारी श्री छड़ चली सरदार ठीक एक होर जरूरी बेनती जो बीबिया लई जगह जी रिजर्व रखी गई है कृपा करके उस जगह खाली कर दो प्लीज आज 8 मार्च है स्त्री दिवस है जरूर रिस्पेक्ट करो लड़कियों का मैच खेडा जाएगा मैं बेनती करांगा सरदार रमनजीत सिंह जी सिक्की जी उन्होंने जो सबका एमएलए खडूर साहब हलका तो साढ़े सरकार विशेष तौर पर पुजे मान जो शिक्री का स्कॉट करके लैके आएंगे साढ़े वीर मनमोहन सिंह जी खेला साहब उन्होंने बेनती अमरजीत सिंह खेला जी सोढ़ी जी उन्होंने बेनती है बिंदी जी उन्होंने कि रमनजीत सिक्की जी उन्होंने लैके मैदान के आने लड़कियों की टीम जो मैच खेलन गए इन्हों आशीर्वाद दिया जाएगा बलजिंदर मान जी का सम्मान करेंगे मास्टर मनमोहन सिंह जी खेला साहब उन्होंने बेनती है कि वह भी बहुत ही मान जो सत्कारयोग शख्सियत रमनजीत सिंह जी सिक्की जी उन्होंने नाल मैदान के आने बच्चियों आशीर्वाद दिया जाएगा सो उस उपरंत मुकाबले की शुरुआत होगी बहुत ही मान योग सत्कारयोग समुचे प्रबंधक मास्टर मनमोहन सिंह जी खेला अमरजीत सिंह जी खेला बलजीत सिंह जी खेला अवतार सिंह जी बिल्लू देव गिल जी जसवीर सिंह जी धारनी आस्ट्रेलिया जसविंदर सिंह बिंदी सिडनी इंद्रजीत सिंह यह सारिया शख्सियत मैदान के आनगियां रमनजीत सिंह जी सिक्की जी उन्होंने लड़कियों टीमों आशीर्वाद दिया जाएगा उस तो बाद इस मैच की शुरुआत होगी हाँ जे किसी भीर का जो बटुए सू प्राप्त हो सन स्टेज पर पुज गए ने वो मेहरबानी करके उतों प्राप्त किए जा सकते हैं मैं बेनती करूंगा सोढ़ी जी उन्होंने कि मान जो शख्सियत लैके मैदान में आन ताकि आप जल्दी आशीर्वाद देिए इन्हें बच्चों थोड़े समय का मैच होगा फाइनल मैच वाली टीम तैयार होकर ग्राउंड में पुजन गई फाइनल मुकाबला खेलने के वास्ते बहुत ही मान योग सत्कारयोग उगे आलू उत्पादक रमनजीत सिंह जी सिक्की जी पंजाब की सियासत भी जिन्हों का वड्डा नाम है सो इस समय मैदान में पुज के खिलाड़ियों को आशीर्वाद दिया जाएगा नाल मैं बेनती करूंगा मैडम संतोष कटारिया जी उन्होंने कि वह भी मेहरबानी करके तशरीफ लेके मैदान में आएंगे मैडम संतोष कटारिया जी उन्होंने नाल साबका चेयरमैन जिला परिषद मैडम संतोष कटारिया जी उन्होंने बेनती है कि वह भी मेहरबानी करके मैदान में आएंगे सुखवीर सिंह पल्ली चिक्की मैडम कश्मीर कौर सूबा साका प्रधान नगर कौंसल बलाचौर वो भी मेहरबानी करके मैदान के आने सरपंच चोर सिंह संतोष कारिया जी इंद्रजीत सिंह सिडनी दोनों टीम लाइन अप प्लीज लाइन अप जी बलवीर सिंह जी रैल माजरा सिडे वीर बतौर कमेंटेटर गल होगी सो इस मैच की बहुत ही मान योग सत्कारयोग मनमोहन सिंह जी खेला साहब साढ़े रमनजीत सिंह जी सिक्की जी साबका एमएलए हलका खडूर साहब उगे आलू उत्पाद चाहे जलंधर चाहे करतारपुर चाहे कपूरथला की गल हो कपूर फर्म करके जानी जाती है फर्म है बड़े बिजनेस ने मालिक का बड़ा कर्म है बड़े जिगरे ने खेड कबड्डी के वास्ते बड़ी देन है धन्यवाद अमरजीत सिंह जी न्यू सिटी पिज्जा टोरंटो अमरजीत सिंह जी न्यू सिटी पिज्जा का धन्यवाद है टोरंटो तो साढ़े वीर नवांशहर बड़े बड़ा बानसरमैन भेजे हुए बहुत बहुत धन्यवाद साढ़े वीर अमन लोपो जी उन्होंने बेनती की मेहरबानी करके मैदान के लड़कियों दी टीमों को आशीर्वाद दिता जा रहा है इस समय मैदान खेला ब्रदर्स का बहुत बहुत धन्यवाद है
सजावलपुर निवासी सुरवासी पीटीआई मास्टर मूला सिंह खेला जी दे परिवार ते खेला ब्रदर्स ऑस्ट्रेलिया आज दा एक कबड्डी कप सरकार जी जोगन दे ऊपर है। सरकार जी तू प्लीज सुन सुन दो बजत सरकार जी दा मेरे ख्याल च उधर ਤੁਹਾਨੂੰ ਪੰਜਾਬੀ ਗਾਇਕੀ ਦੇ ਜੋਹਰ ਦਿਖਾਣ ਜਾ ਰਹੇ ਨੇ ਸੁਰਖਾਬ ਜੀ ਦਾ ਤੁਰੰਤ ਬਾਅਦ ਮੈਚ ਤੋਂ ਬਾਅਦ ਮੈਂ ਬੇਨਤੀ ਕਰਾਂ ਬਲਜੀਤ ਖੇਲਾ ਜੀ ਨੂੰ ਕਿ ਨਿੰਦਰ ਘਗਾਨਵੀ ਜੀ ਦਾ ਸਨਮਾਨ ਜਿਹੜਾ ਹੈ ਉਹ ਸਟੇਜ ਤੇ ਪੁੱਜਦਾ ਕਰ ਦੇਣ ਨਿੰਦਰ ਘਗਾਨਵੀ ਜੀ ਦਾ ਸਨਮਾਨ ਬਲਜੀਤ ਖੇਲਾ ਜੀ ਨਿੰਦਰ ਘਗਾਨਵੀ ਜੀ ਮਾਨਮਤੀ ਸ਼ਖਸੀਅਤ ਦੇ ਬਾਲਕ ਨੇ ਕਲਮ ਦੇ ਤਨੀ ਤੇ ਬਹੁਤ ਸਾਰੇ ਕਾਲਬਾਂ ਦੇ ਵਾਰਸ ਨੇ ਸੀ ਚਕਾਉਣੇ ਹੋਈਆਂ ਸ਼ਖਸੀਅਤਾਂ ਨੂੰ ਜਿਨ੍ਹਾਂ ਦੀ ਦੇਣ ਹੈ ਇਸ ਪੰਜਾਬ ਨੂੰ ਪੰਜਾਬੀ ਬਾਬੋਲੀ ਨੂੰ ਪੰਜਾਬੀ ਵਿਰਸੇ ਨੂੰ ਪੰਜਾਬੀ ਸੱਭਿਆਚਾਰ ਨੂੰ ਹਰ ਬੰਦਾ ਕਿਸੇ ਨਾ ਕਿਸੇ ਕੰਮ ਦਾ ਰੁਸਤਮ ਹੈ ਔਰ ਜਿਨ੍ਹਾਂ ਨੇ ਇਸ ਪੰਜਾਬ ਦੀ ਤਰੱਕੀ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਜੋ ਸਾਰੀਆਂ ਸ਼ਖਸੀਅਤਾਂ ਬਲਾਚੌਰ ਦੇ ਆਸਟ੍ਰੇਲੀਆ ਕਬੱਡੀ ਕੱਪ ਦੇ ਵਿੱਚ ਸ਼ਿਰਕਤ ਕਰ ਰਹੀਆਂ ਨੇ ਸੋ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਹੈ ਪੰਜਾਬ ਪੰਜਾਬੀ ਔਰ ਪੰਜਾਬੀਅਤ ਵੱਲੋਂ ਬਹੁਤ ਬਹੁਤ ਧੰਨਵਾਦ ਸਰ ਰਮਨਜੀਤ ਸਿੰਘ ਜੀ ਸਿੱਕੀ ਜੀ ਉਹਨਾਂ ਦਾ ਮੈਡਮ ਸੰਤੋਸ਼ ਕਟਾਰੀਆ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਰਾਸ਼ਟਰੀ ਸ਼ਖਸੀਅਤਾਂ ਦਾ ਅਸ਼ੋਕ ਜੇਚੀ ਜੀ ਸਾਡੇ ਪ੍ਰਧਾਨ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਰਾਸ਼ਟਰੀ ਸ਼ਖਸੀਅਤਾਂ ਜਿਹਨਾਂ ਦਾ ਸਹਿਯੋਗ ਬ੍ਰਿਗੇਡੀਅਰ ਰਾਜਕੁਮਾਰ ਜੀ ਸਾਡੇ ਦੀਵਾਨ ਹੁਣੇ ਪਹੁੰਚੇ ਨੇ ਬਹੁਤ ਵੱਡੀ ਸ਼ਖਸੀਅਤ ਬ੍ਰਿਗੇਡੀਅਰ ਰਾਜਕੁਮਾਰ ਜੀ ਬੜੇ ਮਾਣ ਦੀ ਗੱਲ ਹੈ ਕਿ ਉਹ ਸਾਡੀ ਸਟੇਜ ਤੇ ਪਹੁੰਚ ਚੁੱਕੇ ਨੇ ਉਹਨਾਂ ਨੂੰ ਜੀਆਏ ਨੂੰ ਨਿੱਘਾ ਸਵਾਗਤ ਉਹਨਾਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਬੱਲੀ ਜੀ ਅਜੀਤ ਅਖਬਾਰ ਤੋਂ ਬਹੁਤ ਬਹੁਤ ਧੰਨਵਾਦ ਮੀਡੀਆ ਦੀ ਦੁਨੀਆ ਦੇ ਵਿੱਚ ਨਾਮ ਹੈ ਜਿਹਨਾਂ ਦਾ ਸਮੁੱਚੇ ਮੀਡੀਆ ਦਾ ਧੰਨਵਾਦ ਮੇਰੇ ਤੋਂ ਸੱਜੇ ਪਾਸੇ ਜੋ ਟੀਮ ਹੈ ਸਟੇਜ ਵਾਲੇ ਪਾਸੇ ਸਾਈਂ ਕਬੱਡੀ ਕਲੱਬ ਹੁਸ਼ਿਆਰਪੁਰ ਹੈ ਔਰ ਦੂਸਰੇ ਪਾਸੇ ਜੋ ਟੀਮ ਇਸ ਮੈਦਾਨ ਦੇ ਅੰਦਰ ਬੱਚਿਆਂ ਦੀ ਖੇਡ ਰਹੀ ਹੈ ਮਾਝਾ ਕਬੱਡੀ ਕਲੱਬ ਅੰਮ੍ਰਿਤਸਰ ਦੀ ਟੀਮ ਹੁਸ਼ਿਆਰਪੁਰ ਦੇ ਅੰਮ੍ਰਿਤਸਰ ਦਾ ਮੁਕਾਬਲਾ ਹੈ ਹੁਸ਼ਿਆਰਪੁਰ ਦੀ ਰੇਡਰ ਹੈ ਅੰਮ੍ਰਿਤਸਰ ਦੀ ਸਟੋਪਰ ਹੈ ਪਹਿਲੀ ਕਬੱਡੀ ਤੇ ਲੱਗਦਾ ਜੱਫਾ ਹੈ ਗੱਲ ਕੀ ਬਣੇਗੀ ਇਧਰ ਪਾਸੇ ਅਨੇਰੀ ਸਾਹ ਹੁਸ਼ਿਆਰਪੁਰ ਦੀ ਖਿਡਾਰਨ ਹੈ ਹਾਂ ਜਿਹੜੇ ਕਰਤਵ ਕਰ ਰਹੇ ਨੇ ਵੀਰ ਉਹਨਾਂ ਨੂੰ ਬੇਨਤੀ ਹੈ ਪ੍ਰਬੰਧਕਾਂ ਵੱਲੋਂ ਕਿ ਕਿਸੇ ਨੂੰ ਵੀ ਕਿਸੇ ਵੀ ਕਿਸਮ ਦਾ ਕਰਤਵ ਕਰਨ ਦੀ ਮਨਾਹੀ ਹੋਵੇਗੀ ਸਾਰੇ ਵੀਰ ਮਿਹਰਬਾਨੀ ਕਰਕੇ ਨੋਟ ਰੱਖਣਗੇ ਕੋਈ ਵੀ ਵੀਰ ਜੋ ਕਿਸੇ ਕਿਸਮ ਦੀ ਰਵਾਇਤੀ ਗੇਮ ਨਾ ਕਰੇ ਲਓ ਮਨਿੰਦਰ ਦੀ ਪਈ ਹੈ ਕਬੱਡੀ ਦੀ ਗੱਲ ਕੀ ਬਣਦੀ ਇਤਨੇ ਪਾਸੇ ਕਿ ਕੁੱਖ ਵਿੱਚ ਧੀ ਧਰਤੀ ਵਿੱਚ ਪਾਣੀ ਨਾ ਸਾਂਭੇ ਤਾਂ ਖਤਮ ਕਹਾਣੀ ਨਾ ਸਾਂਭੇ ਤਾਂ ਖਤਮ ਕਹਾਣੀ ਇਹਨਾਂ ਧੀਆਂ ਲਈ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਪੰਜਾਬੀ ਵੀਰਿਓ ਇਹ ਆਪੋ ਆਪਣੇ ਪਰਿਵਾਰ ਦਾ ਨਾਂ ਚਮਕਾਉਂਦੇ ਨੇ ਖੇਡਾਂ ਦੇ ਵਿੱਚ ਬੱਲਾ ਮਾਰ ਕੇ ਅੱਜ ਕਬੱਡੀ ਦੇ ਵਿੱਚ ਵੀ ਬੜੀ ਚੜ੍ਹਤ ਹੈ ਪਲੀਜ਼